ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਜਹਾਂਗੀਰ, ਤਹਿਸੀਲ ਅਤੇ ਜ਼ਿਲ੍ਹਾ ਅੰਮ੍ਰਿਤਸਰ, ਵੇਰਕੇ ਦੇ ਨਾਲ ਹੀ ਪਿੰਡ ਜਿਹੜਾ ਜਹਾਂਗੀਰ ਆ, ਜਿਹੜਾ ਬਟਾਲੇ ਤੋਂ ਅੰਮ੍ਰਿਤਸਰ ਦਾ ਮੇਨ ਹਾਈਵੇ ਪਠਾਨਕੋਟ ਵਾਲਾ, ਉਹ ਰੋਡ ਦੇ ਉੱਪਰ ਹੀ ਆ ਜਿਹੜਾ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾ, ਠੀਕ ਠਾਕ ਜੀ? ਬਹੁਤ ਵਧੀਆ ਵੀਰ ਜੀ। ਚਲੋ ਵਧੀਆ ਚਾਹੀਦਾ ਜੀ। ਅਤੇ ਨਾਮ ਦੱਸ ਦਿਆ ਕਰੀ ਆਪਣਾ। ਨਾਮ ਮੇਰਾ ਸ਼ੇਰਾ ਜੀ। ਹਾਂਜੀ। ਅਤੇ ਪਿੰਡ ਜਹਾਂਗੀਰ ਅਤੇ ਤਹਿਸੀਲ ਜ਼ਿਲ੍ਹਾ ਅੰਮ੍ਰਿਤਸਰ। ਠੀਕ ਹੈ ਜੀ। ਅਤੇ ਮੇਨ ਆਪਣਾ ਹੈਗਾ ਜੀ ਮੂਦ ਲੱਡਾ। ਹਾਂਜੀ। ਮੂਦ ਲੱਡੇ ਤੋਂ 1 ਕਿਲੋਮੀਟਰ ਅੰਦਰ ਪਿੰਡ। ਠੀਕ ਆ। ਹਾਂਜੀ, ਤੇ ਮੇਰੇ ਬਾਈਪਾਸ ਤੋਂ ਵੇਰਕਾ ਵੀ ਨਾਲ ਹੀ ਆ। ਬਿਲਕੁਲ, 3 ਕਿਲੋਮੀਟਰ। ਤੇ ਅੰਮ੍ਰਿਤਸਰ ਸ਼ਹਿਰ ਵੀ ਲੱਗ ਗਈ ਆ। ਲਾਗੇ ਆ, ਅੰਮ੍ਰਿਤਸਰ ਸ਼ਹਿਰ ਹੈਗਾ ਸਰ ਤੋਂ 12 ਕਿਲੋਮੀਟਰ, ਠੀਕ ਆ। ਤੇ ਗਲੋਬਲ ਕਾਲਜ ਵੀ 1 ਕਿਲੋਮੀਟਰ, 1.5 ਕਿਲੋਮੀਟਰ। ਠੀਕ ਆ ਜੀ। ਹਾਂਜੀ ਹਾਂਜੀ। ਠੀਕ, ਤੇ ਫੋਨ ਨੰਬਰ ਬੋਲ ਦਿਆ ਕਰੀ। 8720 ਹਾਂਜੀ 8484। ਠੀਕ ਆ ਜੀ। ਹਾਂਜੀ ਹਾਂਜੀ। ਤੇ ਗਾਵਾਂ ਚਾਰ ਫਿਰ ਅੱਜ? ਹਾਂਜੀ ਹਾਂਜੀ, ਚਾਰ ਭਾਅ ਛੋਟੇ ਛੋਟੇ ਹੀ, ਭਾਅ ਛੋਟੇ ਹੀ, ਸਾਰੀਆਂ 20 ਤੋਂ ਅੰਦਰ ਹੀ? ਹਾਂਜੀ ਹਾਂਜੀ, ਠੀਕ, ਇੱਕ ਹੈਗੀ ਬਾਹਰ, ਬਾਕੀ ਅੰਦਰ ਹੀ, ਬਾਕੀ ਸਾਰੀਆਂ ਅੰਦਰ ਹੀ। ਚਲੋ ਫਿਰ, ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਜਿਹੜੀ, ਇਹਦੇ ਮਗਰ ਕੀ ਜੇ? ਵੱਛੀ ਜੇ ਦੇ ਮਗਰ। ਇਹਦੇ ਮਗਰ ਵੱਛੀ ਆ। ਹਾਂਜੀ ਹਾਂਜੀ। ਤੇ ਕਿੰਨਾ ਦੁੱਧ ਇਹਦੇ ਕੋਲ? ਇਹਦੇ ਕੋਲ ਪਹਿਲਾਂ ਹੈਗਾ ਜੀ 10 ਕਿਲੋ ਦੁੱਧ। ਹਾਂਜੀ। ਹੁਣ ਪਰਸੋਂ ਦਾ ਇਹਨੂੰ ਟੀਕਾ ਲੱਗ ਗਿਆ ਜੀ। ਅੱਛਾ, ਟੀਕਾ ਭਰਾਤਾ ਇਹਨੂੰ? ਹਾਂਜੀ, 2 ਟੀਕੇ ਭਰਾਏ, ਇੱਕ ਕੱਲ ਭਰਾਤਾ, ਅੱਛਾ, ਇੱਕ ਪਰਸੋਂ ਭਰਾਤਾ। ਠੀਕ ਆ। ਤੇ ਹੁਣ ਇਸ ਟਾਈਮ 8 ਕਿਲੋ ਦੁੱਧ ਜੀ। ਤੇ ਸੂਈ ਨੂੰ ਕਿੰਨਾ ਚਿਰ ਹੋਇਆ ਜੀ? ਸੂਈ ਨੂੰ ਉਹਨੇ ਬੱਚਾ, ਠੀਕ ਆ, 2 ਮਹੀਨੇ ਹੋ ਗਏ ਜੀ। ਇਹ 26 ਜਨਵਰੀ ਨੂੰ ਇਹ ਸੂਣ ਵਾਲੀ। ਅੱਛਾ। ਤੇ ਉਹ ਤੋਂ 5-6 ਤਰੀਕ ਨੂੰ ਸੂਈ ਜੀ, 2 ਮਹੀਨੇ ਹੋ ਗਏ। 2 ਮਹੀਨੇ ਹੋ ਗਏ ਸੂਈ ਨੂੰ? ਹਾਂਜੀ ਹਾਂਜੀ। ਤੇ ਟੀਕਾ ਵੀ ਗਾਂ ਭਰਾਤਾ ਵਾ? ਟੀਕਾ ਗਾਂ ਭਰਾਤਾ। ਤੋਰੋ ਫਿਰ ਇੱਕ ਰੀ ਨੂੰ। 2 ਟੀਕੇ ਭਰਾਤੇ। ਤੇ ਆਹ ਵਾਲੀ ਬੱਚੀ ਜਿਹੜੀ ਜਿਹੜੀ ਬੱਚੀ ਹੈ, ਬਾਕੀ ਉਸ ਤਰ੍ਹਾਂ ਕੱਦ ਕਾਠ ਚੰਗਾ ਵਾ। ਤੇ ਦੁੱਧ ਮੌਕੇ ਤੇ ਹੁਣ 8 ਲੀਟਰ ਜਿਹੜਾ ਕਹਿੰਦੇ ਕਿ ਹੈਗਾ ਵਾ ਟੀਕਾ, ਇਹਨੂੰ ਪਰਸੋਂ ਦਾ ਭਰਾਇਆ ਵਾ, ਅੱਜ ਲਿਆਇਆ ਜੀ। ਬਾਕੀ ਥਣ ਕਾਫੀ ਚੰਗਾ ਲੱਗਾ ਇਹਦੇ ਕੋਲ, ਲੈ ਜਾਓ ਜੀ। ਤੇ ਕਿੰਨਾ ਰੱਖਦੀ ਹੈ ਵਿਧੀ ਦਾ ਫਿਰ ਮੁੱਲ ਆਪਾਂ? ਮੁੱਲ ਲੈਣ ਦੇਣ ਵਾਲੇ ਕਰਨੇ ਛੋਟੇ ਛੋਟੇ ਜਾ ਜੀ ਆਈ। ਹਾਂਜੀ, ਮੁੱਲ 22 ਕਰਾ ਲਓ। ਹਾਂਜੀ। ਤੇ ਆਪਾਂ ਲੈਣ ਦੇਣ ਵਾਲੀ ਗੱਲ ਜਿਹੜੀ ਜਿੱਚੋਂ ਛੋਟੀ ਹੋਣੀ ਆ, ਠੀਕ ਆ, 18,000 ਰੁਪਏ ਦੇ ਦਾਂ। 18,000 ਦੀ ਦੇ ਦੋਗੇ? ਠੀਕ ਆ। ਤੇ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਆ, ਇਹਦੇ ਕੋਲ ਕਿੰਨਾ ਹੀ ਦੁੱਧ? ਇਹਦੇ ਕੋਲ ਦੁੱਧ ਹੈਗਾ ਜੀ 7 ਕਿਲੋ ਜੀ। ਪੱਕਾ ਦੁੱਧ ਹੈਗਾ 7 ਲੀਟਰ? ਪੱਕਾ ਭਾਵੇਂ 4 ਡੰਗ ਚੋਵੇ, ਤੋਰੋ ਫਿਰ ਇਹਨੂੰ। ਅਜੇ ਫੀਡ ਨਹੀਂ ਪੈਂਦੀ, ਅੱਛਾ, ਫੀਡ ਪਊਗੀ ਹਾਂਜੀ, 9 ਕਿਲੋ ਕਰ ਜੂਗੀ ਜੇ ਪੂਰੀ ਸੇਵਾ ਹੋਊਗੀ। ਅੱਛਾ, ਅਜੇ ਫੀਡ ਫੂਡ ਨਹੀਂ ਪਾਉਂਦੇ? ਨਹੀਂ ਨਹੀਂ, ਫੀਡ ਨਹੀਂ ਪਾਉਂਦੇ। ਤੋਰੋ ਹਾਂ ਫਿਰ ਇੱਕ ਇਹ ਬਣੀ ਜੇ? ਅੱਛਾ, ਇਹ ਵੀ ਬਣੀ ਆ? ਬਣੀ ਜੇ 10 ਦਿਨ ਹੋਏ ਜੀ। ਠੀਕ ਹੈ। ਇਹ ਨਾ ਕਹਿਣਾ ਵੀ ਮਹੀਨਾ ਆ ਗਿਆ। ਅੱਛਾ, ਇਹ ਤਾਂ ਚਲੋ ਤੁਸੀਂ ਆਪ ਹੀ ਟੀਕੇ ਭਰਾਏ ਸਾਰੀਆਂ। ਇਹ ਦੋ ਦਿਨ, ਜਾਨੀ ਕਿ 2-3 ਦਿਨ ਹੋਏ ਬਣੀ ਨੂੰ। ਹਾਂਜੀ। ਇਹਨੂੰ 10 ਦਿਨ ਹੋਏ। ਇਹ ਤਾਂ ਆਪ ਹੀ ਤੁਸੀਂ ਟੀਕੇ ਭਰਾਏ ਹਨ ਸਾਰੀਆਂ, ਕਿਹੜੀਆਂ ਕਿ ਪਿੱਛੋਂ ਤੁਸੀਂ ਇਤਰਾ ਲਿਆਂਦੇ ਆ? ਹਾਂਜੀ ਹਾਂਜੀ। ਤੋਰੋ ਹਾਂ ਫਿਰ ਇੱਕ, ਇਹਨੂੰ 10 ਦਿਨ ਹੋਏ ਬਣੀ, 10 ਤੋਂ 15 ਹੋ ਗਏ। ਮੈਂ ਤਾਂ ਹਾਂਜੀ ਤਰੀਕ ਲਿਖੀ ਆ, ਠੀਕ ਆ, ਪਰਸੋਂ ਭਰਾਇਆ। ਤਰੀਕਾਂ ਜਿਹੜੀਆਂ ਇਹਨਾਂ ਦੀਆਂ ਲਿਖੀਆਂ ਵੀ ਦੀਆਂ ਇਹਨਾਂ ਨੇ। ਹਾਂਜੀ, ਕੋਈ ਧਾਰ ਦਾ ਵੀ ਫਰਕ ਨਹੀਂ ਹੈਗਾ। ਠੀਕ ਹੈ। ਬਾਕੀ ਸਿੰਘੇ ਦੇ ਹੈਗੇ ਦੁੱਧ 7 ਲੀਟਰ ਜਿਹੜਾ ਕਹਿੰਦੇ ਕਿ ਇਹਦੇ ਕੋਲ ਵੀ ਹੈਗਾ। ਬਾਕੀ ਸਾਰੀਆਂ ਚੰਗੀ ਫੈਟ ਵਾਲੀਆਂ ਗਾਵਾਂ ਵਾ, ਗਰਮੀਆਂ ਵਾਲੀਆਂ।
ਠੀਕ ਆ। ਇਹ ਆ ਕਿ ਸਿੰਘ ਕਿਸੇ ਨੇ ਦਗਾਏ ਨੀ ਬੱਸੇ ਤੇ ਫੜੀ ਫਿਰਨ ਭਾਂ ਬੱਚੇ ਫੜੀ ਖਾਣਾ ਇਹਦੇ ਕੋ ਵੀ ਚੰਗਾ ਲੱਗਾ ਬਹੁਤ ਸਵਾਦੀ ਖਾਣਾ ਤੇ ਉਤਰਾ ਠੰਡੀ ਤੇਰੀ ਚੌਂ ਚੌਂ ਚ ਠੰਡੀ ਤੁਰੀ ਇਤਰਾ ਨਿਆਣਾ ਪਾ ਕੇ ਬਹਿਣ ਠੀਕ ਆ ਤੋਰੋ ਇਤਰਾ ਕੋ ਗੱਲ ਹੀ ਨਹੀਂ ਜਿਤਨਾ ਮਰਜ਼ੀ ਆ ਤੁਸੀਂ ਤੇਰਾ ਠੀਕ ਆ ਇਹ ਨਹੀਂ ਵੀ ਲੱਤਾਂ ਮਾਰ ਲਾਣੀ ਚਲੋ ਲੈ ਜਾ ਦੁੱਧ 7 ਲੀਟਰ ਪੱਕਾ ਹੈਗਾ ਕਿ ਪੱਕਾ 8 ਹੋਊਗਾ ਆਪਾਂ 7 ਲਾ ਦੇ ਚਲੋ ਤੋਰ ਦੋ ਤੇ ਇਹਦਾ ਕੀ ਮੁੱਲ ਜੀ ਇਹਦਾ ਵੀਰ ਜੀ ਮੁੱਲ ਭਾਵੇਂ 17,000 ਕਰੀਏ 18,000 ਕਰੀਏ ਜੀ ਹਾਂਜੀ ਲੈਣ ਦੇਣ 15,000 ਰੁਪਏ 15,000 ਹਾਂਜੀ ਠੀਕ ਹੈ ਜੀ ਤੇ ਜਿਹੜੀ ਹੁਣ ਆ ਜੇ ਆ ਗਾ ਜੇ ਇਹਦੇ ਕੋਲ ਕਿੰਨਾ ਦੁੱਧ ਇਹਦੇ ਕੋਲ ਦੁੱਧ 8 ਕਿਲੋ ਜੀ ਠੀਕ ਆ ਤੇ ਭੁੱਖੀ ਮਰਦੀ ਆ ਅੱਛਾ ਵੀ ਪਿੱਛੋਂ ਭੁੱਖੀ ਮਰਦੀ ਆਈ ਆ ਠੀਕ ਆ ਬਾਕੀ ਸੀਲ ਸਲਾ ਕੇ ਜੇ ਕੋਈ ਸੇਵਾ ਕਰੂਗਾ ਨਾ ਹਾਂਜੀ ਤੇ ਕੋਈ ਯਾਦ ਕਰੂ ਜੇ ਕੋਈ ਲੈ ਜੂਗਾ ਨਾ ਅੱਛਾ ਯਾਦ ਕਰੂਗਾ ਵੀ ਗਾਈ ਮੈਂ ਇੱਕ ਪਤਾ ਨਹੀਂ ਕਿੱਥੋਂ ਲੈਣ ਦੀ ਗਾਈ ਕਿਸੇ ਦੇ ਭਾਈ ਤੋਂ ਗਾਂ ਖੜੀ ਆ ਹਾਂਜੀ ਹਾਂਜੀ ਠੀਕ ਆ ਗਾਂ ਦੀ ਚਵਾਈ 1,00,000 ਵਾਲੀ ਗਾਈ ਨੂੰ ਫੇਲ ਕਰ ਗਈ ਅੱਛਾ ਬਹਿਣ ਅੱਛਾ ਤੇ ਦੂਜਾ ਮਾਰਾ ਇਤਰਾ ਮੈਂ ਦੁੱਧ ਵੇਖੋ ਮੱਝਾਂ ਵਰਗਾ ਚਿੱਟਾ ਕਿਸੇ ਨੂੰ ਪਾ ਕੇ ਦੇ ਦਿਓ ਤੇ ਜੇ ਕੋਈ ਆਖੇ ਨਾ ਵੀ ਮੱਝਾਂ ਦਾ ਦੁੱਧ ਹੈ ਤਾਂ ਫਿਰ ਗੱਲ ਕਰਿਓ ਤੋਰੋ ਹਾਂ ਫਿਰ ਕੋਈ ਲੈਣਾ ਨਹੀਂ ਪਾਉਣਾ ਇਤਰੇ ਬੈਠ ਜਾਣਾ ਤੇ ਦੁੱਧ 8 ਲੀਟਰ ਇਹਦੇ ਕੋ ਪੱਕਾ ਹੈ 8 ਕਿਲੋ ਤੇ ਸੂਈ ਵੀ ਉਹਦੇ ਉਤੋਂ 5-4 ਦਿਨ ਮਗਰੋਂ ਜੀ ਇਹ ਨਹੀਂ ਜੇ ਬਣੀ ਅੱਛਾ ਇਹਨੂੰ ਨਹੀਂ ਟੀਕਾ ਲਗਾ ਇਹ ਟੀਕਾ ਨਹੀਂ ਭਰਾਇਆ ਤੇ ਇਹ ਪਹਿਲੇ ਨੰਬਰ ਵਾਲੀ ਗਾਂ ਤਾਂ ਥੋੜਾ ਕਿ ਲੇਟ ਸੂਈ ਹੈ ਲੇਟ ਸੂਈ ਹੈ ਇਹਨੂੰ ਵੱਧ ਤੋਂ ਵੱਧ ਸੂਈ ਨੂੰ ਵੇਜੇ ਡੇਢ ਪੌਣੇ 2 ਮਹੀਨੇ ਡੇਢ ਪੌਣੇ 2 ਮਹੀਨੇ ਹੋ ਗਏ ਤੋਰੋ ਫਿਰ ਬਾਕੀ ਸਿੰਘ ਇਹਦੇ ਵੀ ਹੈਗੇ ਸਿੰਘ ਹੈਗੇ ਪਰ ਨਾ ਮਤਲਬ ਕੋਈ ਨਹੀਂ ਮੈਂ ਲੈ ਜਾਓ ਜੀ ਹਣ ਬੜਾ ਲੱਗਾ ਚਵਾ ਬੜਾ ਤੇ ਇਹਦਾ ਮੁੱਲ ਇਹਦਾ ਵੀ ਮੁੱਲ 18 ਹਾਂਜੀ 15 ਦੀ ਦੇ ਇਹ ਵੀ 15 ਦੀ 15 ਦੀ ਦੇ ਠੀਕ ਹੈ ਜੀ ਹਾਂਜੀ ਤੇ ਹੁਣ ਆ ਗਈ ਆਪਣੇ ਕੋਲ ਚੌਥੇ ਨੰਬਰ ਤੇ ਚੌਥੇ ਨੰਬਰ ਇਹਦੇ ਕੋਲ ਕਿੰਨਾ ਹੈ ਦੁੱਧ ਇਹਦੇ ਕੋਲ 10 ਕਿਲੋ ਦੁੱਧ ਹੈ ਹੈਗਾ ਪੱਕਾ ਦੁੱਧ 10 ਲੀਟਰ ਦੁੱਧ 10 ਤੇ ਇਹ ਵੀ ਬੱਚੇ ਦਾ ਬਿਨਾ ਹੀ ਹੈ ਬੱਚਾ ਇਹਦਾ ਵੀ ਦੂਜਾ ਮਾਰਾ ਮਰ ਗਿਆ ਅੱਛਾ ਤੇ ਸੂਈ ਉਹ ਵੀ ਇਕੱਠੀ ਇਹਦੇ ਨਾਲ ਸੂਈ ਇਹ ਘਰ ਦੀ ਮੇਰੀ ਅੱਛਾ ਇੱਕ ਕਰਦੀ ਹੈ ਠੀਕ ਹੈ ਇਹ ਹੈ ਕਿ 2 ਕੁ ਮਹੀਨੇ ਹੋ ਗਏ ਇਹਨਾਂ ਸੂਈ ਨੂੰ ਕਿ 2 ਮਹੀਨੇ ਹੋ ਗਏ ਸੂਈ ਨੂੰ ਜਿਸ ਤਰ੍ਹਾਂ ਮਰਦੀ ਇਹਨੂੰ ਵੀ ਨਹੀਂ ਟੀਕਾ ਲਗਾ ਇਹ ਵੀ ਨਹੀਂ ਗਾਂ ਬਣੀ ਠੀਕ ਹੈ ਨਹੀਂ ਬਣੀ ਜੇ 2 ਬਣੀਆਂ 2 ਨਹੀਂ ਬਣੀਆਂ ਨਾ 2 ਨਹੀਂ ਬਣੀਆਂ ਚਲੋ ਤੋਰ ਜਿਸ ਤਰ੍ਹਾਂ ਮਰਜੀ ਇਸ ਤਰ੍ਹਾਂ ਛੱਡੇ ਦੀ ਥੋੜੀ ਜਿਹੀ ਨਿਗਰ ਆ ਅੱਛਾ ਪਰ ਦੁੱਧ ਬੜਾ ਠੀਕ ਆ ਬਿਨਾ ਰੱਸੀ ਤੋਂ ਹੀ ਹੈ ਜਿਹੜੀ ਚਲੋ ਲੈ ਜਾ ਫਿਰ ਥਾਣਾ ਇਹਦੇ ਥੋੜੀ ਜਿਹੀ ਵੀਰ ਜੀ ਗਾੜੀ ਕਰਿਆ ਥਾਣਾ ਦਿਖਾ ਦਈਏ ਆਹ ਦੇਖ ਸਕਦੇ ਥਾਣਾ ਇਹਦੇ ਲੱਗੇ ਤਾਂ ਮੁੱਠੀ ਪੂਰਾ ਥਾਣਾ ਉਹਦਾ ਠੀਕ ਹੈ ਪੂਰਾ ਥਾਣਾ ਬਾਕੀ ਸਾਰੀਆਂ ਕ੍ਰੋਸ 'ਚ ਹੀ ਆ ਗਰਮੀਆਂ ਦਾ ਜਿਹੜਾ ਘਰ ਦਾ ਦੁੱਧ ਦਾ ਵਧੀਆ ਸਾਰੀ ਜਾਊਗੀ ਪੂਰੀ ਫੈਟ ਵਾਲੀ ਚਿੱਟਾ ਦੁੱਧ ਠੀਕ ਹੈ ਤੋਰ ਦੋ ਇਹਨੂੰ ਵੀ ਲੈ ਜਾ
ਤੇ ਇਹਦਾ ਮੁੱਲ? ਇਹਦਾ ਮੁੱਲ ਵੀਰ ਜੀ 22,000। ਹਾਂਜੀ 20 ਦੀ ਦੇਣੀ, 20,000 ਦੀ ਦੇ ਦੇਣੀ। ਛੋਟ ਛਾਟ ਵਿੱਚ ਮੁੱਕ ਤੇ ਹੋ ਜਾਊਗੀ ਕਿ ਠੀਕ ਕਰਨੀ ਪੈਂਦੀ ਜੋ ਹਾਂਜੀ ਹਾਂਜੀ ਭਰਾ ਜੇ ਫਿਰ ਕਰਨੀ ਪੈਂਦੀ ਛੋਟ। ਠੀਕ ਹੈ ਜੀ, ਤੇ ਠੀਕ ਹੈ ਵੀਰ ਜੀ, ਹੋਰ ਕੁਝ ਕਹਿਣਾ ਫਿਰ? ਬਾਕੀ ਕੋਈ ਤੁਹਾਡੇ ਘਰੋਂ ਤਸੱਲੀ ਕਰਕੇ ਖੜੇ ਹਨਾ? ਭਾਵੇਂ ਚਾਰ ਡੰਗ ਚੋ ਕੇ ਖੜੇ, ਤੁਹਾਡੇ ਘਰ ਪਾਸ ਹੋਵੇ ਤੇ ਲੈ ਜੇ, ਨਹੀਂ ਤੇ ਇੱਥੇ ਰਹਿ। ਕੋਈ ਗੱਲ ਨਹੀਂ, ਇੱਥੇ ਰਹਿ। ਠੀਕ ਹੈ ਜੀ, ਠੀਕ ਹੈ ਵੀਰ ਜੀ, ਸੌਦਾ ਕਰ ਲੈ ਆਪਣੀ ਮਰਜ਼ੀ ਨਾਲ, ਪਸੰਦ ਕਰਕੇ ਆਪਣੀ ਸਮਝ ਨਾਲ ਖੜਿਆ ਕਰੋ। ਜੇ ਕੋਈ ਨਹੀਂ ਵੀ ਆ ਸਕਦਾ ਵੀਡੀਓ ਕਾਲ ਤੇ ਦੋ ਟਾਈਮ ਚਵਾਲ ਕਰੋ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।